ਸ੍ਰੀਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਅਮਰਿੰਦਰ ਸਿੰਘ ਹੈ ਜੀ, ਮੈਂ ਮੇਨ ਬਿਲੋਂਗ ਕਰਦਾ ਨਿਊਜ਼ੀਲੈਂਡ ਤੋਂ। ਹਾਂਜੀ, ਮੈਂ ਇੱਥੇ ਆਇਆ ਸੀ ਇੰਡੀਆ ਆਪਣੇ ਸਿਸਟਰ ਦੀ ਮੈਰਿਜ ਵਾਸਤੇ, ਬਟ ਅਨਫੋਰਚੁਨੇਟਲੀ ਮੇਰੇ ਡੈਡ ਨੂੰ ਮੇਰਾ ਵੇਟ ਪਸੰਦ ਨਹੀਂ ਆਇਆ, ਅਤੇ ਉਹਨਾਂ ਨੇ ਮੈਨੂੰ ਪਹਿਲਾਂ ਵੀ ਗਾਈਡ ਕੀਤਾ ਸੀ ਕਿ ਵੇਟ ਲੋਸ ਦਾ ਕੁਛ ਕਰ, ਪਰ ਮੈਂ ਕੋਈ ਜਿਮ ਵਗੈਰਾ ਕਰ ਨਹੀਂ ਪਾਇਆ ਕਿਉਂਕਿ ਐਜ਼ ਆ ਟਰੱਕ ਡਰਾਈਵਰ ਮੇਰੇ ਕੋਲ ਟਾਈਮ ਨਹੀਂ ਹੈਗਾ ਸੀ ਜਿਮ ਲਾਉਣ ਵਾਸਤੇ। ਐਂਡ ਫਿਰ ਜਦੋਂ ਮੈਂ ਇੱਥੇ ਆਇਆ, ਉਹਨਾਂ ਨੇ ਮੈਨੂੰ ਡਾਕਟਰ ਅਮਿਤ ਸੂਦ ਬਾਰੇ ਦੱਸਿਆ, ਲਾਈਕ ਇਹਨਾਂ ਨੇ ਪਹਿਲਾਂ ਵੀ ਵੀਡੀਓਜ਼ ਵਗੈਰਾ ਮੈਨੂੰ ਭੇਜੀਆਂ ਸੀ ਬਾਹਰ ਕਿ ਬੇਟਾ ਦੇਖੋ ਇਹਨਾਂ ਨੂੰ ਅੱਗੇ ਕੀ ਕਰਨਾ ਨਾ, ਕਿੱਦਾਂ ਤੁਸੀਂ ਆਪਣੀ ਜ਼ਿੰਦਗੀ ਸੁਧਾਰਨੀ ਹੈ, ਤਾਂ ਆਪਣੀ ਲੁੱਕ ਵੇਖ ਕਿੱਦਾਂ ਲੱਗ ਰਿਹਾ। ਫਿਰ ਮੈਂ ਦੇਖਿਆ ਵੀਡੀਓ, ਥੋੜ੍ਹਾ ਮਨ ਬਣਾਇਆ, ਤਾਂ ਫਿਰ ਆਫਟਰ ਮੇਰੀ ਸਿਸਟਰ ਦੀ ਮੈਰਿਜ ਤੋਂ ਮੈਨੂੰ ਪਾਪਾ ਸਿੱਧਾ ਇੱਥੇ ਮੋਗਾ ਸੈਂਟਰ ਵਿਜ਼ਿਟ ਲੈ ਕੇ ਆਏ। ਮੈਂ ਡਾਕਟਰ ਜੀ ਨਾਲ ਕੌਂਸਲਟੇਸ਼ਨ ਕੀਤੀ, ਸਾਰਾ ਡਿਸਕਸ ਕੀਤਾ ਉਹਨਾਂ ਨਾਲ ਵੀ ਲਾਈਕ ਸੇਫ ਸਾਈਡ ਆ, ਡਿਸਕਸ਼ਨ ਵਗੈਰਾ ਕੀਤੀ, ਤਾਂ ਮੈਨੂੰ ਬੜਾ ਕੰਫਰਟੇਬਲ ਫੀਲ ਹੋਇਆ। ਬਾਈ ਦਾ ਵੇ ਬਾਈ, ਮੈਂ ਕੀ ਮੈਂ ਉੱਥੇ ਨਿਊਜ਼ੀਲੈਂਡ ਵੀ ਚੈੱਕ ਕੀਤਾ ਸੀ, ਬਟ ਮੈਨੂੰ ਕਿਸੇ ਨੇ ਵਧੀਆ ਗਾਈਡ ਨਹੀਂ ਕੀਤਾ ਉੱਥੇ, ਲਾਈਕ ਮੇਰੇ ਲਈ ਫੋਲੋ ਅਪ ਨਹੀਂ ਸੀ ਕਰਦੇ। ਕਈ ਮੈਂ ਕਾਲ ਕੀਤਾ ਕਿ ਮੈਂ ਸਰਜਰੀ ਕਰਵਾਉਣੀ ਇੱਦਾਂ, ਬਟ ਦੇ ਨੋ ਬੜੀ ਕਾਲ ਮੀ ਬੈਕ। ਤਾਂ ਇੱਥੇ ਆ ਕੇ ਆਇਆ, ਇਹਨਾਂ ਨੇ ਮੈਨੂੰ ਫੋਲੋ ਅਪ ਕੀਤਾ, ਗਾਈਡ ਕੀਤਾ, ਮੇਰੇ ਟੈਸਟ ਵਗੈਰਾ ਸੇਮ ਡੇ ਹੋ ਗਏ, ਜਿਹੜੇ ਕਿ ਉਹਨਾਂ ਨਿਊਜ਼ੀਲੈਂਡ ਕਰਨੇ ਚਾਹੀਦੇ ਸੀ ਉਹ ਕਰ ਨਹੀਂ ਪਾਏ ਅਜੇ ਤੱਕ, ਪਰ ਇਹਨਾਂ ਨੇ ਕੀਤੇ ਮੇਰੇ ਸੇਮ ਡੇ। ਤਾਂ ਬਾਕੀ ਸਟਾਫ ਵੱਲੋਂ ਮੈਂ ਬਹੁਤ ਹੈਪੀ ਹਾਂ, ਸਾਰੇ ਫੋਲੋ ਅਪ ਕਰਦੇ ਆ, ਐਵਰੀ ਸੈਕਿੰਡ ਡੇ ਜਾਂ ਫਸਟ ਡੇ ਮੈਨੂੰ ਕਾਲ ਆਉਂਦੀ ਹੈ ਡਾਇਟ ਅਬਾਊਟ ਡਾਇਟ। ਸੋ ਮੈਂ ਅੱਜ ਆਇਆ ਆਪਣੇ 15 ਡੇਜ਼ ਫੋਲੋ ਅਪ ਲਈ। ਪਹਿਲਾਂ ਮੇਰਾ ਵੇਟ ਸੀ 110 ਕੇ ਜੀ, ਤਾਂ ਅੱਜ ਮੇਰਾ ਲਾਈਕ 15 ਡੇਜ਼ ਬਾਅਦ ਚੈੱਕ ਕੀਤਾ ਤਾਂ ਮੇਰਾ ਲਾਈਕ 100 ਰਹਿ ਗਿਆ, ਲਾਈਕ 10 ਕੇ ਜੀ ਦਾ ਡਿਫਰੈਂਸ ਆਇਆ, ਅਤੇ ਮੈਂ ਆਪਣੇ ਆਪ 'ਤੇ ਲਾਈਕ ਬਹੁਤ ਪ੍ਰਾਊਡ ਫੀਲ ਕਰ ਰਿਹਾ। ਉਸ ਟਾਈਮ 'ਤੇ ਪਹਿਲਾਂ ਮੇਰਾ ਸਟਮਕ ਵੀ ਬਲੋਟਿਡ ਰਹਿੰਦਾ ਸੀ, ਅੱਜ ਕੱਲ੍ਹ ਲਾਈਕ ਬਹੁਤ ਲਾਈਟਲੀ ਲਾਈਕ ਨੋਰਮਲ ਫੀਲ ਹੋ ਰਿਹਾ। ਪਰ ਲੋਕਾਂ ਨੂੰ ਲੱਗਦਾ ਕਿ ਲਾਈਕ ਇੰਡੀਆ ਵਿੱਚ, ਪੰਜਾਬ ਵਿੱਚ ਕੋਈ ਫੈਸਿਲਿਟੀ ਨਹੀਂ ਹੈਗੀ, ਬਟ ਆਈ ਥਿੰਕ ਕਿ ਡਾਕਟਰ ਅਮਿਤ ਸੂਦ ਇਜ਼ ਦਾ ਬੈਸਟ ਆਪਸ਼ਨ ਫੋਰ ਵੇਟ ਲੋਸ ਸਰਜਰੀ। ਐਂਡ ਇਹਦੇ ਨਾਲ ਸੈਂਟਰ ਹੈਗੇ ਆ ਮੋਗਾ ਵਿੱਚ, ਮੈਂ ਇਹੋ ਪ੍ਰੈਫਰ ਕਰੂੰਗਾ ਸਾਰਿਆਂ ਨੂੰ ਜਿਨ੍ਹਾਂ ਨੇ ਵੀ ਆਪਣਾ ਫਿਊਚਰ ਸੁਧਾਰਨਾ ਵਾ ਜਾਂ ਡਾਇਬਿਟੀਜ਼ ਤੋਂ ਦੂਰ ਜਾਣਾ ਜਾਂ ਮੋਟਾਪੇਪਨ ਤੋਂ ਦੂਰ ਜਾਣਾ, ਆਪਣਾ ਮੋਗੇ ਡਾਕਟਰ ਅਮਿਤ ਸੂਦ ਜੀ ਕੋ ਵਿਜ਼ਿਟ ਕਰੋ ਅਤੇ ਆਪਣੀ ਲਾਈਫ ਚੇਂਜ ਕਰੋ।